ਮਾਲਕੀ ਜ਼ਮੀਨ ਦੇ ਕੁਝ ਵਿਅਕਤੀਆਂ ਵੱਲੋਂ ਧੱਕੇ ਨਾਲ ਕਬਜ਼ਾ ਕੀਤੇ ਜਾਣ ਨੂੰ ਲੈ ਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕਰਨ ਤੇ ਰੋਸ ਵਿਚਾਈ ਕਿਸਾਨਾਂ ਨੇ ਥਾਣਾ ਖਾਲੜਾ ਦੇ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਕ੍ਰਿਸ਼ਨਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਖਾਲੜੇ ਦੇ ਇੱਕ ਵਿਅਕਤੀ ਤੋਂ 1 ਕਿੱਲਾ ਜ਼ਮੀਨ ਮੁੱਲ ਲਈ ਸੀ ਅਤੇ ਉਸ ਦੇ ਸਾਰੇ ਪੈਸੇ ਵੀ ਦਿੱਤੇ ਸਨ ਤਾਂ ਅੱਜ ਜਦ ਉਹ ਆਪਣੀ ਜ਼ਮੀਨ ਦੇ ਨਾਲ ਉਹ ਵੀ ਜ਼ਮੀਨ ਵੋਹ ਲੱਗੇ ਤਾਂ ਉਕਤ ਵਿਅਕਤੀ ਅਤੇ ਪਿੰਡ ਦੇ ਕੁਝ ਹੋਰ ਮੁਤਬਰ ਵਿਅਕਤੀਆਂ ਨੇ ਆਣ ਕੇ ਉਹਨਾਂ ਨੂੰ ਆਪਣੀ ਮਾਲਕੀ ਜ਼ਮੀਨ ਵੋਹਣ ਤੋਂ ਰੋਕਿਆ ਅਤੇ ਉਹਨਾਂ ਨਾਲ ਕੁੱਟਮਾਰ ਕਰਨ ਲੱਗ ਪਏ, ਜਿਸ ਦੇ ਰੋਸ ਵਿੱਚ ਆਣ ਕੇ ਉਹਨਾਂ ਨੇ ਸਾਰੀ ਘਟਨਾ ਸੰਬੰਧੀ ਥਾਣਾ ਖਾਲੜਾ ਦੇ SHO ਨੂੰ ਜਾਣੂ ਕਰਵਾਇਆ। ਪਰ ਉਕਤ ਵਿਅਕਤੀ ਸਿਆਸੀ ਪਹੁੰਚ ਨਾਲ ਪੁਲਿਸ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਰੋਕ ਰਹੇ ਹਨ, ਜਿਸ ਕਰਕੇ ਰੋਸ ਵਿੱਚ ਆ ਕੇ ਉਹਨਾਂ ਵੱਲੋਂ ਮਜਬੂਰ ਹੋ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਧਰਨਾ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਕਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਦ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਤੇ ਉਹਨਾਂ ਦੀ ਧੱਕੇ ਨਾਲ ਜ਼ਮੀਨ ਵੋਹਣ ਵਾਲਿਆਂ 'ਤੇ ਕਾਰਵਾਈ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ। ਉੱਧਰ ਜਦ ਇਹ ਸਾਰੇ ਮਸਲੇ ਸੰਬੰਧੀ ਥਾਣਾ ਖਾਲੜਾ ਦੇ SHO ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਪ੍ਰੋਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਕੱਲ੍ਹ ਇਹਨਾਂ ਦਾ ਫੈਸਲਾ ਹੋ ਗਿਆ ਸੀ। ਕ੍ਰਿਸ਼ਨਪਾਲ ਵੱਲੋਂ ਜਾ ਕੇ ਜਦ ਆਪਣੀ ਜ਼ਮੀਨ ਵੋਹਣੀ ਚਾਹੀ ਤਾਂ ਇਹਨਾਂ ਦੋਵਾਂ ਪਾਰਟੀਆਂ ਵਿੱਚ ਝਗੜਾ ਹੋ ਗਿਆ, ਜਿਸ ਨੂੰ ਲੈ ਕੇ ਇਹਨਾਂ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ। ਜੇ ਫੈਸਲਾ ਨਾ ਹੋਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਭੀਖੀ ਪਿੰਡ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ। ਮੇਰਾ ਨਾਂ ਜੀ ਕ੍ਰਿਸ਼ਨਪਾਲ, ਮੈਂ ਸਾਬਕਾ ਮਾਰ ਕਮੇਟੀ ਚੇਅਰਮੈਨ ਵੀ ਰਿਹਾ। ਕੀ ਮਸਲਾ ਜਿਹੜਾ ਧਰਨਾ ਲਾਇਆ ਥਾਣੇਗੜੀ? ਇਹ ਜੀ ਸਾਰਾ ਮਸਲਾ ਜੀ ਇਹ ਸਾਡੀ ਜ਼ਮੀਨ ਹੀ, ਇੱਥੇ ਅਸੀਂ ਜ਼ਮੀਨ ਲਈ ਇੱਕ ਬੰਦੇ ਤੋਂ ਸਿਰਫ 1/2 ਕਿੱਲਾ, ਉਹ ਸਾਡੀ ਧੱਕੇ ਨਾਲ, ਜਿਹੜਾ ਇੱਥੋਂ ਦਾ ਸਰਪੰਚ ਆ ਉਹਨੇ ਧੱਕੇ ਨਾਲ ਸਾਡੀ ਜ਼ਮੀਨ ਜਿਹੜੀ ਆ 5 ਕਿੱਲੇ ਵਹਾਤੀ ਉਹਨਾਂ ਨੂੰ। ਚਲੋ ਕੱਲ੍ਹ ਉੱਥੇ ਬਹਿ ਕੇ ਫੈਸਲਾ ਹੋ ਗਿਆ, ਸਰਪੰਚ ਵਿੱਚ ਬਹਿ ਕੇ ਫੈਸਲਾ ਕਰਾਇਆ, ਮੁੜ ਕੇ ਹੁਣ ਫੈਸਲਾ ਅਸੀਂ ਆਪਦੀ ਜ਼ਮੀਨ ਵਾਹੁਣ ਗਏ ਅਤੇ ਉਹ ਬੰਦੇ ਆਣ ਕੇ ਸਾਡੇ ਗੱਲ ਪੈ ਗਏ ਆ। ਜੋ ਕੁਝ ਕੀਤਾ ਸਾਰਾ ਸਰਪੰਚ ਨੇ ਕਰਵਾਇਆ, ਅਸੀਂ ਵੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹਾਂ, ਇਹ ਵੀ ਕਾਂਗਰਸ ਨੂੰ ਕਰਦਾ। ਚਲੋ ਜੋ ਵੀ ਹੈਗਾ MLA ਸਾਹਿਬ ਦੀ ਨੌਲੇਜ ਆ, ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਆਉਣੇ ਆ ਕਿ ਲੈ ਵੀ ਜੇ ਜਿਹੜੇ ਬੰਦੇ ਹੈਗੇ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪਰਚੇ ਕੀਤੇ ਜਾਣ ਅਤੇ ਸਾਨੂੰ ਨਿਆਂ ਦਿੱਤਾ ਜਾਵੇ। ਹੁਣ ਕੋਈ ਝਗੜਾ ਵਗੈਰਾ ਵੀ ਹੋਇਆ ਉੱਥੇ? ਜਿਹੜੇ ਪਹਿਲੀ ਵਾਹੁਣ ਗਏ ਸਾਡੇ ਆਣ ਕੇ ਬੰਦੇ ਦਾ, ਇੱਕ ਦਾ ਸਿਰ ਪਾੜਦਾ ਇਹਨਾਂ ਉਹਨਾਂ ਬੰਦਿਆਂ, ਅਤੇ ਸਾਡੇ ਬੰਦੇ ਨੂੰ ਸੱਟ ਲੱਗੀ ਆ, ਅਤੇ ਬਾਕੀ ਪੁਲਿਸ ਪ੍ਰਸ਼ਾਸਨ ਇਸ ਵੇਲੇ ਕੋਈ ਕਾਰਵਾਈ ਨਹੀਂ ਕਰ ਰਿਹਾ। ਅਸੀਂ ਚਾਹੁੰਦੇ ਹਾਂ ਕਿ ਉਹ ਪੁਲਿਸ ਕਾਰਵਾਈ ਕਰੇ ਉਹਨਾਂ ਦੇ ਪਰਚੇ ਕਰੇ ਉਹਨਾਂ ਬੰਦਿਆਂ ਦੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ। ਭਾਈ ਤੁਹਾਡੇ? ਮੇਰਾ ਨਾਂ ਗੁਰਬਾਜ ਸਿੰਘ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਦਾ ਜ਼ਿਲ੍ਹਾ ਆਗੂ ਗੁਰਬਾਜ ਸਿੰਘ ਸਿੱਧਵਾਂ। 4 ਦਿਨ ਹੋ ਗਏ ਸਾਨੂੰ ਇਸ ਫੈਸਲੇ ਦੇ ਵਿੱਚ ਆਉਂਦਿਆਂ ਨੂੰ, ਅਤੇ ਅਸੀਂ SHO ਸਾਹਿਬ ਨੂੰ ਵੀ ਇਹੋ ਬੇਨਤੀ ਕੀਤੀ ਵੀ ਅਸੀਂ, ਸਾਡਾ ਕੋਈ ਇਸ ਧਿਰ ਦੇ ਨਾਲ ਜਿਹੜਾ ਵਿੱਕੀ ਕੁਮਾਰ ਉਹਦੇ ਨਾਲ ਸਾਡਾ ਕੋਈ ਜ਼ਿਆਦਾ ਰਿਲੇਸ਼ਨ ਨਹੀਂ ਗਾ, ਅਸੀਂ ਸੱਚਾਈ ਤੌਰ 'ਤੇ ਆਉਂਦੇ ਹਾਂ। ਇਹ ਜਿਹੜਾ ਵਿੱਕੀ ਅਕਾਲੀ ਪਾਰਟੀ ਨਾਲ ਸਹਿਮਤੀ ਰੱਖਦਾ ਵਾ, ਜਿਹੜਾ ਇੱਥੋਂ ਦਾ ਸਰਪੰਚ ਆ ਉਹ ਕਾਂਗਰਸੀ ਆ, ਉਹ ਬਿਲਕੁਲ ਸ਼ਰੇਆਮ ਧੱਕਾ ਕਰਾ ਰਿਹਾ। ਅਸੀਂ ਇਹ ਗੱਲ ਕੀਤੀ ਅਤੇ ਅਸੀਂ ਧੱਕਾ ਨਹੀਂ ਗਾ, ਇਹ ਹੁਣ ਕਹਿੰਦਾ ਜੇ ਸਾਡੇ ਬੰਦਿਆਂ ਦੀ ਵਿੱਚ ਗਲਤੀ ਇਹਨਾਂ ਦੀ, ਅਤੇ SHO ਸਾਹਿਬ ਨੂੰ ਆਖਿਆ ਇਹਨਾਂ ਬੰਦਿਆਂ ਨੂੰ ਤੁਸੀਂ ਅੰਦਰ ਕਰੋ, ਇਹਨਾਂ 'ਤੇ ਜੋ ਬਣਦੀ ਕਾਰਵਾਈ ਕਰੋ, ਜੇ ਨਹੀਂ ਇਹਨਾਂ ਬੰਦਿਆਂ ਤੋਂ ਸਿਰਫ ਜ਼ਮੀਨ ਲਈ ਆ 2 ਵਾਰਾਂ 1/2 ਕਿੱਲਾ ਕਰਕੇ, ਅਤੇ ਇਹਨਾਂ ਬੰਦਿਆਂ ਦੀ 5 ਕਿੱਲੇ ਥਾਂ 6 ਕਿੱਲੇ ਥਾਂ ਜਿਹੜਾ ਉਹ ਧੱਕੇ ਦੇ ਨਾਲ ਵਾਹ ਕੇ ਕੋਈ ਨਿਆਂ ਨਹੀਂ ਦਿੰਦਾ ਹੈ। ਉਹ ਆਉਂਦੇ ਵੀ ਸਾਡੇ ਨਾਲ ਕੋਈ ਗੱਲ ਹੀ ਕੋਈ ਨਹੀਂ ਕਰਦੇ ਵੀ ਕੀ ਗੱਲ ਹੋਈ ਆ। ਇਸ ਕਰਕੇ ਅਸੀਂ ਜਥੇਬੰਦੀਆਂ ਨਾਲ ਉੱਚੋਂ ਵਿਚਾਰ ਕਰਕੇ ਇਹ ਜਿਹੜਾ ਧਰਨਾ ਲਾਤਾ ਵਾ, ਇਹ ਧਰਨਾ ਉਨਾ ਚਿਰ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਗਾ ਮਿਲਦਾ। ਭਾਈ ਤੁਹਾਡੇ? ਮੈਂ ਗੁਰਸਾਹਿਬ ਸਿੰਘ ਜੀ, ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦਾ ਆਗੂ, ਜੋਨ ਭਾਈ ਧਾਰੂ ਸਿੰਘ ਜੀ ਫੁੱਲਾ। ਕੀ ਮਸਲਾ ਜਿਹੜਾ ਧਰਨਾ? ਮਸਲਾ ਵੇਖੋ ਜੀ, ਅੱਜ ਕੱਲ ਜੋ ਹਾਲਾਤ ਬਣੇ ਆ, ਜੋ ਸਰਕਾਰਾਂ ਕਰਾ ਰਹੀਆਂ ਤੇ ਜੋ ਕੁਝ ਧੱਕੇਸ਼ਾਹੀਆਂ ਚੱਲ ਰਹੀਆਂ, ਕਿਉਂਕਿ ਉਹ ਸ਼ਰੇਆਮ ਦਿਸ ਰਿਹਾ। ਅੱਗੇ ਮੇਰੇ ਤੋਂ ਪਹਿਲਾਂ ਮੇਰੇ ਵੀਰ ਨੇ ਤੁਹਾਨੂੰ ਦੱਸਤਾ ਕਿ ਅਕਾਲੀ ਮਾਇੰਡ ਹੋਣ ਕਰਕੇ ਪਹਿਲੀ ਆਪਦੀ ਪਹਿਲੀ ਜਿਹੜੀ ਆ ਉਹਦੇ ਵਿੱਚ ਵੀ ਉਹਨੂੰ ਮਤਲਬ ਹੱਕ ਨਹੀਂ ਗਾ ਪਹਿਲੀ ਵਾਹ ਕੇ ਬੀਜਣ ਦਾ, ਤੇ ਦੱਸੋ ਐਦੋਂ ਵੱਧ ਧੱਕਾ ਹੋਰ ਕੀ ਹੋ ਸਕਦਾ। ਪਰ ਅਸੀਂ ਸੱਚਾਈ ਤੇ ਬੈਠੇ ਹਾਂ ਤੇ ਸੱਚਾਈ ਤੇ ਪਹਿਰਾ ਦਿੰਦੇ ਹਾਂ। ਜੇ ਇਹਨਾਂ ਨੇ ਕੋਈ ਫੈਸਲੇ ਤੇ ਨਾ ਇਹ
मतलब इन बिन ना लागू किया बिलकुल सानू इथे कंडे नहीं लगे सानू भिखी बिन चौंक जाम करके भी और इथो दे डिप्टी नू ते इथो दे एसएचओ नू ए गल दसांगे भी इंसाफ लैण दा जिहड़ा ढंग आ इंसाफ लै तो बगैर जिहड़ा आ ओह इक पैर कदम पिछे नहीं हटांगे। किन्नी जमीन ते कब्जा करन दा नजायज़? जमीन इस वेले चार पांच किले ते कब्जा करन दा आ नजायज। छह किले पहली की मांग है? मांग आ भी इंसाफ होना चाहिए जो दुध का दुध पानी का पानी होना चाहिए क्योंकि किसी भी धरना धक्का नहीं होना चाहिए। धरना अज बहर लगा के संबंध लाया गया जी? एक राम स्वरूप बलकार सिंह दो पार्टियां इन्हों का दसूर चल रहा है प्रॉपर्टी को लैके जमीन जिसे संबंध कल राजीनामा वो राजीनामे के आधार से इन्होंने जी है जमीन बहनी पड़ी पूरे संबंध यह अच्छे दोनों पार्टियों का झगड़ा। सर इन्हें दोष लाया कि पुलिस आप कोल खलो के साथ जमीन बवाउन दी फिलहाल की जी जमीन सिर्फ अद्धा किला सी किला एक लई सी ते पांच किले ते पुलिस नजायज कब्जा कराउन दी असी आप जब सानू इनफॉरमेशन मिली है असी जदों उस मौके ते पहुंचे दोनों धिरां आपस च लड़ रही सी दोनों धिरां गड़ा छड़ा के उन्होंने दूर दूर किया उस तो बाद इन्हां दोनों धिरां नूं कहा भी आपां थाने अरे दोनों धिरां थाने पहुंचियां ते इन्हां नाल गल्लबात कर कोई सर कोई कार्रवाई अज तक नहीं हजे चल रहा अफसर साहबान ध्यान दिया जाता जी है दोनों पार्टियों को बुला के जी गलबात शुरू कोई जख्मी भी होया सर इस दौरान यह हजे तक बलकार सिंह पुत्र भगवान सिंह का पता लगे